الله الرحمن الرحيم اللهم صل على محمد وعلى محمد اللهم كن وليك الحجة ابن الحسن عليه الصلاة والسلام صلواتك عليه وعلى آبائه في هذه الساعة وفي كل ساعة من ساعة الليل والنهار وليا وحافظا قائدا وناصرا دليلا وعينا حتى تسكنه ارزق طوان و تمتعه فيها طويلا يا رب محمد و آل محمد و اجل فرج آل محمد ناود علی ام اظہر اللہ جائب تاجد ہو آؤن اللہ کف نواہب کل ہم و غم سی انجلی بے علین یا صاحب الزمان ادرکنی فی سبیل اللہ یا شباب الحسین ادرکنی فی سبیل اللہ یا حجاب الام المصائب ادرکنی فی سبیل اللہ یا مولتی یا فاطمہ تو اغیسینی ادرکنی یا مولتی یا فاطمہ تو اغیسینی ادرکنی یا مولتی یا فاطمہ تو اغیسینی ادرکنی اللهم صل على محمد وعلى محمد يا حجاب مهدي عليه الصلاة والسلام سارے آباب اپنیا زبانہ معطر فرماؤ تے مل کے درود پاک باواز بلند پڑھو اللہم صلی علی محمد مالک اللہ جملہ مومنین مومنات دس بہرگاہ دی ٹرائے منظور فرماوے جڑی 72 دی ماتمدار مخدوم حسین تشریف لے آئیے او تہاڈا ٹرائے منظور فرماوے تہاڈیاں تمام پریشانیاں مالک دور فرماوے جڑے بیمار ہو مالک اللہ بیماراں صحت کلی عطا فرماوے جڑے بے اولاد ہو مالک کے کائنات اولاد نرین عطا فرماوے جتنے بے گناہ قیدی ہیں مالک انہاں قیدی نہیں قید رہا فرماوے جڑے تنگ دست ہیں مالک اللہ انہاں دی تنگ دستی دور فرماوے مالک اللہ 5-12-14 دیاں تو ان زیارتہ تو مشرف فرماوے امام زمانہ بادشاہ دا جل ظہور ہوئے امام زمانہ بادشاہ دی آمد و سلامتی واسطے باواز بلند صلوات درود پڑھنا بہت بڑا ثواب ہے ادھے بندے پڑھتے ہیں ادھے بندے نہیں پڑھنے ثواب لاؤ تے سارے مل کے باواز بلند درود کرو اللہم صلی علی محمد و آل محمد ضروری یہ ہے کہ شاہ مشرقین راضی ہو مہربانی ضروری یہ ہے کہ شاہ مشرقین راضی ہو بطول پاک کے دل کے آنگن کا چین راضی ہو بطول پاک کے دل کے آنگن کا چین راضی ہو نبی پاک نے سجدے کی حالت میں کہہ دیا کیڑی گل ملتان والے او نماز یہ ہے کہ پہلے حسین راضی ہو بہت مہربانی میں اپنے ٹائم وچ اس معصوم دے پتراں دا دکھ دسنا ہے جڑی بی بی ڈھیر رلیے جس بی بی بہو سفر کیتے آئی تو 72 دے مکانی بن کے بیٹھے ہو اس سین تو ڈپس قبول فرماوے میرے یقین خالی جھولی کوئی نہ ویسی جدہ حسین دی مجلس شروع ہوندی ہے نا آئی تو 72 شبی ہیں نا امام زمانہ بادشاہ دا تخت لگوئے ہوندے تے خون بہ کے روندے پہ ہوندے ہر ویلے تسا منگدے ہو
ਉਸ ਵੇਲੇ ਖਾਨ ਸਾਹਿਬ ਇਮਾਮ ਇੰਤਜ਼ਾਰ ਕਰਦਾ ਹੈ, ਮੈਂ ਇਮਾਮ ਜ਼ਮਾਨਾ ਕੋਲੋਂ ਕੋਈ ਅਜ਼ਾਦਾਰ ਮੰਗੇ ਅਤੇ ਮੈਂ ਅਤਾ ਕਰਾਂ। ਇਸ ਵਾਸਤੇ ਸਾਧਿਆਂ ਕਿ ਹੁਸੈਨ ਦੀ ਮਜਲਿਸ 'ਚ ਮੰਗਣਾ ਚਾਹੀਦਾ ਹੈ ਜਾਂ ਅੱਲਾ ਦੇ ਘਰ 'ਚ ਮੰਗਣਾ ਚਾਹੀਦਾ? ਬੜੀ ਮਕਬੂਲ ਮਜਲਿਸ ਹੈ, ਸਾਰੇ ਬੰਦੇ ਬਾਬਾ ਦੇ ਬੁਲੰਦ ਸਲਵਾਤ ਪੜ੍ਹ ਲਓ। ਮਾਸ਼ਾਅੱਲਾ ਹੋਲਾ ਹੌਲ ਵਾਲਾ ਕੁਵਤ ਇਲਾ ਬਿੱਲਾ ਹਿਲਾ ਅਲੀ ਅਲਾਜ਼ੀਮ ਆਊਜ਼ ਬਿੱਲਾ ਹਿਮਨ ਸ਼ੈਤਾਨ ਲਾਈਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ। ਬਾਬਾ ਦੇ ਬੁਲੰਦ ਸਲਾਵਾਤ ਅਲਹਮਦੁਲਿਲ੍ਲਾਹਿ ਰੱਬਿਲ ਆਲਮੀਨ ਸੁਮ ਸਲਾਤੋ ਵਸਲਾਮ ਅਲਾ ਅਸ਼ਰਫਿ ਲੰਬਿਆ ਮੁਰਸਲੀਨ ਚੀ ਸਲਾਵਾਤ। ਯਾ ਰੱਬ ਲੁਸੈਨ ਬੇਹੱਕ ਲੁਸੈਨ ਸਦਰ ਹੁਸੈਨ ਬਜ਼ੌਰ ਹੁਜਤ ਲਗਾਇਮ ਇਮਾਮ ਜ਼ਮਾਨਾ ਦੀ ਅਜ਼ਮਤ ਤੇ ਸਲਾਵਾਤ। ਹਸਬੋਨ ਅੱਲਾਹ ਨੇ ਮਲ ਵਕੀਲ ਨੇ ਮਲ ਮੌਲਾ ਨਿਮਲ ਨਸੀਰ ਓ ਫਵੇਦੋ ਅਮਰੀ ਲੱਲਾ ਇਨ ਲਹਾ ਬਸੀਰੋ ਬਿਲੇ ਬਾਦ ਮੁੱਤਰ ਕਰੋ ਜ਼ਬਾਨਾਂ ਦਾ ਰੂਦੇ ਪਾਕ ਦੇ ਨਾਲ। ਯਾ ਕਾਇਰ ਲਦੋ ਯਾਉ ਅਲੀ ਅਲ ਵਲੀ ਯਾਉ ਮਜ਼ਹਰ ਅੱਲਾ ਜਾਉ ਬਿਯਾਉ ਮੁਰਤਜ਼ਾਉ ਅਲੀ ਅਲੀ ਮੇਰਾ ਕਰੀਮ ਮੌਲਾ ਤੁਹਾਡੀਆਂ ਧੀਆਂ ਜੰਗਲਾਂ ਚ ਰੁਲ ਗਈਆਂ। ਜ਼ਹਰਾ ਯਾ ਲੱਖ ਵਾਰੀ ਅੱਖਾਂ ਲੱਖ ਵਾਰੀ ਅੱਖਾਂ ਲੱਖ ਵਾਰੀ ਅੱਖਾਂ ਤੁਹਾਡੀਆਂ ਧੀਆਂ ਜੰਗਲਾਂ ਚ ਰੁਲ ਗਈਆਂ। ਅਲੀ ਤੁਸਾਂ ਕਾਤਿਲ ਨੂੰ ਸ਼ਰਬਤ ਪਿਲਾਇਆ ਧੀਆਂ ਵਾਂਦੇ ਦਰਿਆ ਦੀ ਗੱਦੀ ਤੇ ਤਸੀਆਂ ਬੈਠੀਆਂ ਰਹੀਆਂ ਨੀ। ਜਿਹੜੇ ਮੁਕਾਨ ਦੀ ਨੀਅਤ ਤੇ ਆਇਓ ਜੀ ਲੱਖ ਭਰੀ ਅੱਖ ਲੱਖ ਭਰੀ ਅੱਖ ਲੱਖ ਭਰੀ ਅੱਖ। ਅਲੀ ਤੌਹੀਦ ਅੱਲਾ ਦੀ ਬੱਚੀਏ ਰਿਸਾਲਤ ਨਬੀਆਂ ਦੀ ਬੱਚੀਏ ਰੁਲ ਗਈਆਂ ਤਾਂ ਤੈਂ ਅਲੀ ਦੀਆਂ ਧੀਆਂ। ਜੀ ਲੱਖ ਵਾਰੀ ਅੱਖ ਲੱਖ ਵਾਰੀ ਅੱਖ। ਅਲੀ ਤੌਹੀਦ ਅੱਲਾ ਦੀ ਬੱਚੀਏ ਰਿਸਾਲਤ ਨਬੀਆਂ ਦੀ ਬੱਚੀਏ ਰੁਲ ਗਈ
ਆਈਆਂ ਤਾਂ ਤੈਂ ਅਲੀ ਦੀਆਂ ਧੀਆਂ। ਇੱਕ ਜੁਮਲਾ ਹੋਰ ਰੱਖਾਂ ਚਾ, ਮਾਲਕ ਤੁਹਾਡੀ ਮੁਕਾਨ ਕਬੂਲ ਫਰਮਾਵੇ। ਅਸਾਂ ਰੋਂਦੇ ਕਿਉਂ ਆ ਸਨ, ਕਿਹੜੀ ਗੱਲ ਰੋਂਦੀ ਏ, ਹਰ ਨਬੀ ਸਾਹਿਬ ਔਲਾਦਾ, ਹਰ ਨਬੀ ਦੀਆਂ ਧੀਆਂ ਵੀ ਆਏ, ਹਰ ਨਬੀ ਦੇ ਪੁੱਤਰ ਵੀ ਆਏ। ਰੋਂਦੇ ਅਸੀਂ ਇਸ ਵਾਸਤੇ ਆਏ, ਕਿਸੇ ਨਬੀ ਦੇ ਪੁੱਤਰ ਨਹੀਂ ਰੁੱਲੇ, ਜਿਵੇਂ ਅਲੀ ਦੀਆਂ ਧੀਆਂ ਜੰਗਲਾਂ ਚ ਰੁੱਲ ਗਈਆਂ। ਮੈਂ ਇੰਤਜ਼ਾਰ ਨਹੀਂ ਕਰਾਉਣਾ, ਮੈਂ ਪਿਆ ਦਾਂ ਜਦਾਂ ਈਦਾਂ ਦੀ ਏ, ਮਾਂ ਪੁੱਤਰਾਂ ਕੂ ਭਾਈ ਆਪ ਸਜੈਂਦੀ ਏ ਰੱਜ ਕੇ। ਫਿਰ ਸੁਣੋ, ਮੈਂ ਪਿਆ ਦਾਂ ਜਦਾਂ ਈਦਾਂ ਦੀ ਏ, ਮਾਂ ਪੁੱਤਰਾਂ ਕੂ ਭਾਈ ਆਪ ਸਜੈਂਦੀ ਏ ਰੱਜ ਕੇ। ਜੇ ਦੇਰ ਹੋ ਵਨੇ ਹਾਏ ਵੋ ਪੁੱਤਰਾਂ ਕੂ, ਮਾਂ ਖਾਣੇ ਰੱਖਦੀ ਏ ਕੱਜ ਕੇ। ਜੇ ਦੇਰ ਹੋ ਵਨੇ ਹਾਏ ਵੋ ਪੁੱਤਰਾਂ ਕੂ, ਮਾਂ ਰੱਖਦੀ ਏ ਖਾਣੇ ਕੱਜ ਕੇ। ਅਸੀਂ ਕਿਉਂ ਰੋਂਦੇ ਆ, ਤੇ ਮੈਂ ਸਦਕੇ ਪੁੱਤਰ ਰੁਕਈਆ ਦੇ, ਜਿਹੜੇ ਥੱਕ ਪਏ ਆਏ ਭੱਜ ਭੱਜ। ਤੇ ਮੈਂ ਸਦਕੇ ਪੁੱਤਰ ਰੁਕਈਆ ਦੇ, ਤੇ ਜਿਹੜੇ ਥੱਕ ਭੱਜ ਕੇ, ਉਹ ਅਲੱਗ ਨਾਲ ਦੀਵਾਰ ਦੇ ਰਹੇ ਰੋਂਦੇ, ਲੋਕਾਂ ਈਦ ਕੀਤੀ ਰਾਜ। ਤੁਸਾਂ ਬੜੀ ਮੁਕਾਨ ਦੇਣੀ ਹੈ, ਬੇਸ਼ੱਕ ਮੈਨੂੰ ਬੁਖਾਰ ਏ, ਲੱਖ ਵਾਰੀ ਪੜਾਂ ਫਿਰ ਪੜਾਂ, ਸਾਰਿਆਂ ਦਾ ਪ੍ਰੋਗਰਾਮ ਹੈ। ਮੈਂ ਪਿਆ ਦਾਂ ਜਦਾਂ ਈਦਾਂ ਦੀ ਏ, ਮਾਂ ਪੁੱਤਰਾਂ ਕੂ ਭਾਈ ਆਪ ਸਜੈਂਦੀ ਏ ਰੱਜ ਕੇ। ਜੇ ਦੇਰ ਹੋ ਵਨੇ ਪੁੱਤਰਾਂ ਕੂ, ਮਾਂ ਰੱਖਦੀ ਏ ਖਾਣੇ ਕੱਜ ਕੇ। ਅਸੀਂ ਕਿਉਂ ਰੋਂਦੇ ਹਾਂ, ਤੇ ਮੈਂ ਸਦਕੇ ਪੁੱਤਰ ਰੁਕਈਆ ਦੇ, ਤੇ ਜਿਹੜੇ ਥੱਕ ਪਏ ਆਏ ਭੱਜ ਭੱਜ ਕੇ, ਉਹ ਅਲੱਗ ਨਾਲ ਦੀਵਾਰ ਦੇ ਰਹਿ ਰੋਂਦੇ, ਲੋਕਾਂ ਈਦ ਕੀਤੀ ਰਾਜਾ। ਬਸ ਦੋ ਚਾਰ ਮਿੰਟ ਦੇ ਬਾਅਦ ਦੋ ਤਰੇ ਵਹਿਣ। ਇਹ ਉਸ ਮਖਦੂਮਾ ਨੂੰ ਤੁਸੀਂ ਪਰਸਾ ਦੇਵਣਾ ਹੈ ਜਿਹੜੀ 18 ਬਿਰਾਵਾਂ ਦੀ ਭੈਣ ਹੈ, ਜਨਾਬੇ ਅਕੀਲ ਦੀ ਨੂੰਹ ਹੈ, ਅਲਮਾ ਵਾਲੇ ਅੱਬਾਸ ਦੀ ਸੱਕੀ ਭੈਣ ਹੈ, ਬਈ ਗੁਲਾਮ ਬਾਸ ਹੈ, ਛਿਆਂ ਪੁੱਤਰਾਂ ਦੀ ਮਾਂ ਹੈ, ਜਿਹੜੀ ਮਾਂ ਦੇ ਪੁੱਤਰ ਢੇਰ ਹੋਵੇ ਨਾ, ਉਹ ਮਾਂ ਦੁਨੀਆ 'ਤੇ ਨਾਜ਼ ਕਰਦੀ ਏ, ਫਖਰ ਕਰਦੀ ਏ, ਉਹ ਆਦੀ ਏ ਮੈਨੂੰ ਕੋਈ ਚਿੰਤਾ ਨਹੀਂ, ਮੈਨੂੰ ਕਬਰ ਦੀ ਜਾ ਵੀ ਮਿਲਵੇ ਸੀ। ਮੇਰੀ ਗੱਲ ਸਮਝਿਆ ਹੈ, ਮਾਵਾਂ ਦੀਆਂ ਨਾ ਮੈਨੂੰ ਕਬਰ ਦੀ ਜਾ ਮਿਲਵੇ ਸੀ। ਇਸ ਮਖਦੂਮਾਂ ਦੇ ਛੇ ਪੁੱਤਰ ਹਨ, ਇਸ ਅਲੀ ਦੀ ਧੀ ਦਾ ਮੁਕੱਦਰ ਵੇਖੋ, ਦੋ ਕਰਬਲਾ ਮਾਰੇ,
ਦੋ ਕੂਫੇ ਮਾਰੇ ਜੀ। ਅਗਲਾ ਲਫ਼ ਸੁਣੋ ਤਾਂ ਮੈਂ ਆਖਾਂ, ਦੋ ਸ਼ਾਮੇ ਗਰੀਬਾਂ ਨੂੰ ਨਿਖੜੇ ਨੇ ਜਿਹੜੇ ਜੀਂਦੇ ਨਹੀਂ ਮਿਲੇ। ਜਵਾਨੋ ਮਦੀਨਾ ਛੋੜਿਆ ਇਸ ਪੁੱਤਰ ਲੱਭ ਪਏ ਤਾਂ ਕਬਰ ਦੀ ਜਾ ਮੰਗ ਲੈ ਸਾਂ। ਸਫ਼ਰ ਕਰੇਂਦੀ ਆਈਏ ਨਜਫ ਵਾਲੇ ਪਾਸੇ ਮੂੰਹ ਕਰਕੇ ਠੱਡਾ ਸਾਹ ਵਰਕਿਆ ਦੀ ਬਾਬਾ ਧੀ ਜੰਗਲਾਂ 'ਚ ਰੁਲ ਗਈ ਆਈ, ਪੁੱਤਰ ਨਹੀਂ ਮਿਲੇ। ਬਸ ਮੈਂ ਬਿਲਕੁਲ ਕਰੀਬ ਤੋਂ ਸ਼ੁਰੂ ਪਿਆ ਕਰੇ ਨਾ ਇਸ ਮਖਦੂਮਾਂ ਦੇ ਪੁੱਤਰਾਂ ਦਾ ਦੁੱਖ। ਇਹ ਨਹੀਂ ਸਮਝਣਾ ਜੋ ਇਹ ਮੁਲਤਾਨ ਹੈ, ਇਹ ਲਾਹੌਰ ਇਸੇ ਵਾਸਤੇ ਮਖਦੂਮ ਆਈ ਹੈ। ਪਾਕਿਸਤਾਨ ਹੈ ਜਿੱਥੇ ਆਜ਼ਾਦਾਰੀ ਹੁੰਦੀ ਹੈ ਨਾ, ਲਾਹੌਰ ਛੋੜ ਕੇ ਸਭ ਤੋਂ ਪਹਿਲੇ ਪਰਦੇਦਾਰਾਂ 'ਚ ਵੰਜ ਕੇ ਬਾਂਧੀ ਹੈ। ਜਿੱਦਾਂ ਪੜ੍ਹਨ ਵਾਲਾ ਮਸਾਇ ਪੜ੍ਹਦਾ ਹੈ ਨਾ, ਤਾਂ ਤੁਸੀਂ ਸ਼ਰਮ ਕਰਕੇ ਰਹਿੰਦੇ ਹੋ। ਅਲੀ ਦੀ ਧੀ ਆਦੀ, ਤੁਸੀਂ ਸ਼ਰਮ ਨਾ ਕਰੋ, ਪਾਬੰਦੀ ਆਈ ਤਾਂ ਸਾਡੇ ਵਾਸਤੇ ਆਈ, ਤੁਹਾਡੇ ਵਾਸਤੇ ਤਾਂ ਕੋਈ ਪਾਬੰਦੀ ਨਹੀਂ। ਮੇਰੇ ਯਕੀਨ ਹੈ ਅੱਬਾਸ ਦੀ ਭੈਣ ਪਰਦੇਦਾਰਾਂ 'ਚ ਆਈ ਬੈਠੀ ਹੈ ਲਾਹੌਰ ਛੋੜ ਕੇ, ਉਸਦੀ ਜੋੜੀ ਦੇ ਦੁੱਖਾਂ ਦੁੱਖ ਪਿਆ ਪੜਦਾ। ਬਈ ਜਾਨ ਈਦ ਵਾਲੀ ਰਾਤ ਦੋਵੇਂ ਸ਼ਾਹਜ਼ਾਦੇ ਕਮੀਨੇ ਦੇ ਘਰ ਮਹਿਮਾਨ, ਮੈਂ ਤਦਬ ਨਾਲ ਹੀ ਪੜਦਾ ਨਾ। ਮਹਿਮਾਨ ਟਿੱਕੇ ਹੋਏ ਨੇ। ਅੱਛਾ, ਮਹਿਮਾਨ ਹੀ ਮੇਰਾ ਆਉਂਦੇ ਜਿਵੇਂ ਦੋ ਸ਼ਹਿਜ਼ਾਦੇ ਰਹੇ ਨੇ। ਇੰਝ ਕੋਈ ਮੇਜ਼ਬਾਨ ਨਹੀਂ ਹੁੰਦਾ ਜਿਵੇਂ ਇਹ ਮੇਜ਼ਬਾਨ ਆਈ। ਜੋ ਕੁਝ ਮੈਂ ਬਈ ਗੁਲਾਮ ਬਾਸ ਫਰੀਦ ਕਾ ਪੜਿਆ, ਸਾਰੀ ਰਾਤ ਦੋਵੇਂ ਸ਼ਹਿਜ਼ਾਦੇ ਲੱਕੜ ਦੇ ਥੰਬੇ ਨਾਲ ਬੱਧੇ ਰਹੇ, ਕੰਡਾ ਮਿਲੀਆਂ ਹੋਈਆਂ। ਅੱਛਾ, ਭੈਣਾਂ ਨੂੰ ਫੇਰਾਵਾਂ ਦੇ ਨਾਲ ਬੜਾ ਪਿਆਰ ਆਉਂਦਾ ਨਾ, ਈਦ ਕਰੀਬ ਆ ਵਜੇ। ਭੈਣਾਂ ਆਪਣੀਆਂ ਸਹੇਲੀਆਂ ਨੂੰ ਆਦੀਆਂ ਦੁਆ ਮੰਗੋ, ਮੇਰਾ ਭਰਾ ਪਰਦੇਸ ਹੈ, ਸ਼ਾਲਾ ਜਲਦੀ ਵੱਲ ਆਵੇ, ਮੈਂ ਭਰਾ ਕੋਲੋਂ ਈਦ ਮੰਗਸਾਂ। ਇਹ ਜਨਾਬ ਮੁਸਲਿਮ ਦੀਆਂ ਧੀਆਂ ਆਪਣੀ ਮਖਦੂਮਾ ਮਾਂ ਦੇ ਕੋਲ ਆ ਕੇ ਬੈਠੀਆਂ ਨੇ, ਜਿਵੇਂ ਨਮਾਜ਼ੀ ਤਸ਼ਦ 'ਚ ਬਾਂਧਾ ਹੈ। ਸਾਹਮਣੇ ਮਾਂ ਦੇ ਬਹਿ ਕੇ ਆਦੀਆਂ, ਨਮਾ ਸੁਬਾਂ ਈਦ ਨਹੀਂ। ਮੇਰੀ ਸਹਿਣ ਦੇ ਕੇ ਆਦੀ, ਹਾਂ ਮੇਰੀਆਂ ਧੀਆਂ। ਸ਼ਹਿਜ਼ਾਦੀਆਂ ਦੇ ਕੇ ਆਦੀ, ਨਮਾ ਸਾਡੇ ਭਰਾ ਨਹੀਂ ਵੱਲੇ, ਅਸਾਂ ਈਦ ਕਹਿੰਦੇ ਕੋਲੋਂ ਮੰਗਸਾਂ। ਮੁਲਤਾਨ ਵਾਲੇ ਹੋਏ, ਮਾਂ ਦਾ ਜਗਰਾ ਠੱਡਾ ਸਾਹ ਭਰ ਕੇ ਧੀਆਂ ਦਾ ਸਰ ਚੁੰਮਕਿਆ ਦੀਏ, ਤੁਸਾਂ ਵੱਲ ਵੰਜੋ, ਜਦੋਂ ਵੱਲ ਆਏ ਮੈਂ ਤੁਹਾਨੂੰ ਜਗ੍ਹਾ ਸਾਂ। ਸ਼ਹਿਜ਼ਾਦੀਆਂ ਦੇ ਕੇ ਆਦੀ, ਨਮਾ ਇਹ ਕਿੱਥੇ ਲਿਖੇ ਹੋਇਆ, ਭਰਾ ਪਰਦੇਸ ਹੋਵੇ ਅਤੇ ਭੇਣੀ ਸਮ ਵੰਜਣ। ਇਹ ਦੁਨੀਆਂ ਦੀ ਆਮ ਭੇਣ ਮਾਂ ਕੋਲ ਵਹਿੰਦੀ ਹੈ, ਮਾਂ ਮਸ਼ਵਰਾ ਦਿੰਦੀ ਹੈ, ਮੇਰਾ ਬਚੜਾ ਹੈ ਚਰਾਗੀ ਤੇਲ ਪਾ ਲਏ, ਗਾਜ਼ੀ ਦੇ ਅਲਮ ਤਲੇ ਲੱਗੀ ਵੰਜ, ਦੋ ਰਕਾਤ ਨਮਾਜ਼ ਪੜ੍ਹੇ, ਫਿਰ ਗਾਜ਼ੀ ਦੇ ਅਲਮ ਤਲੇ ਚਿਰਾਗ ਬਾਲ ਕੇ ਗਾਜ਼ੀ ਦਾ ਫਰੇਰ ਨਾ ਪਿਆ ਕੇ, ਮੌਲਾ ਮੈਂ ਭੇਣਾ ਮੇਰਾ ਭਰਾ ਪਰਦੇਸ ਹੈ, ਮੈਨੂੰ ਇੱਦਾਂ ਕੌਣ ਦੇਸੀ। ਸ਼ਹਿਜ਼ਾਦੀ ਦੇਖ ਕੇ ਆਦੀ, ਇਹ ਦੋਵੇਂ ਬਿਨਾਂ ਸੰਭਵ। ਸ਼ਹਿਜ਼ਾਦੀਆਂ ਦੇਖ ਕੇ ਆਦੀ, ਨਮਾ ਨਿੰਦਰ ਨਹੀਂ ਆਉਂਦੀ, ਮੇਰੀ ਸੈਣਾ ਦੀ ਅਮਲ ਮੈਂ ਦੱਸਣੀ ਆ। ਬੱਚੀਆਂ ਦੀ ਨਮਾ ਅਮਲ ਦੱਸਾ, ਮੇਰੀ ਸੈਣ ਨੇ ਅਮਲ ਦੱਸਾਇਆ। ਦੋਵੇਂ ਸ਼ਹਿਜ਼ਾਦੀਆਂ ਟੁਰ ਗਈਆਂ, ਮੁਸੱਲੇ ਵਿੱਚ ਆਏ ਨੇ, ਦੋ ਦੋ ਰਕਾਤ ਨਮਾਜ਼ ਪੜ੍ਹੀ ਨੇ, ਦੋ ਰਕਾਤ ਨਮਾਜ਼ ਪੜ੍ਹ ਕੇ ਫਰੀਦਗਾ ਸਾਹਿਬ ਦੂਆ ਭੈਣਾਂ ਕੁਰਾਨ ਚਾਲ ਹੈ, ਕੁਰਾਨ ਦੀ ਤਿਲਾਵਤ ਕਰਨੀ ਸ਼ੁਰੂ ਕੀਤੀ ਨੇ। ਅਤੇ ਜਿਹੜਾ ਮਾਂ ਅਮਲ ਦੱਸਿਆ ਨੇ ਨਾ, ਛੋਟੀ ਮਾਸੂਮਾਂ ਨੇ ਉਹ ਅਮਲ ਸ਼ੁਰੂ ਕੀਤਾ ਹੈ, ਸੂਰਤ ਯਾਸੀਨ ਪੜ੍ਹਨੀ ਸ਼ੁਰੂ ਕੀਤੀ ਇਸ। ਬੜੇ ਹੌਸਲੇ ਨਾਲ ਸੁਣਦਾ, ਜਿੱਦਾਂ ਸੱਤਵੀਂ ਮੁਬੀਨ 'ਤੇ ਛੋਟੀ ਸ਼ਹਿਜ਼ਾਦੀ ਗਈ ਹੈ ਨਾ, ਉੱਥਾਂ ਹੀ ਮਾਸੂਮਾਂ ਦੀ ਅੱਖ ਲੱਗ ਗਈ ਹੈ। ਵੱਡੀ ਭੈਣ ਨੇ ਡਿੱਠਾ ਹੈ, ਛੋਟੀ ਸਮ ਗਈ ਹੈ, ਮੁੰਡ ਹਲਾ ਕੇ ਆਦੀ ਹੈ, ਜਾਗ ਭਰਾਵਾਂ ਨੂੰ ਨਹੀਂ ਮਿਲਣਾ। ਵੱਡੀ ਭੈਣ ਦੇ ਪਾਸੇ ਡੇ ਕੇ ਆਦੀ ਹੈ, ਮੈਂ ਨਾ ਜਗਾਇਓ ਵੀ ਆ, ਠੱਡਾ ਸਾਹਿਬ ਵਰ ਕੇ ਆਦੀ ਹੈ, ਕਿਉਂ ਨਾ ਜਗਾਵਾ। ਡੇ ਕੇ ਆਦੀ ਹੈ, ਮੈਨੂੰ ਖਾਬ ਵਿੱਚ ਭਰਾ ਮਿਲੇ ਨਾ। ਸ਼ਹਿਜ਼ਾਦੀ ਡੇ ਕੇ ਆਦੀ ਹੈ, ਕਿਹੜੀ ਹਾਲਤ ਹੈ, ਡੇ ਕੇ ਆਦੀ ਹੈ, ਤਿੰਨ ਦੱਸੇ ਸਾਂ, ਮਾਂ ਨੂੰ ਦੱਸੇ ਸਾਂ, ਮਾਂ ਕੋਲ ਜੋ ਦੋਵੇਂ ਭੈਣਾਂ ਟੁਰ ਪਈਆਂ ਹਨ, ਹਾਲਾਂ ਰਸਤੇ ਤਾਂ ਹੈ। ਅੱਬਾਸ ਦੀ ਭੈਣ ਦੁਆ ਦਿਆ ਦਰਾਜ਼ ਕੀਤੇ, ਦੁਆ ਦਿਆ ਦਰਾਜ਼ ਕਰਕੇ ਆਦੀ, ਮੇਰਾ ਅੱਲਾ ਜਿੰਨਾ ਮਾਵਾਂ ਦੇ ਪੁੱਤਰੋਂ ਮੈਂ ਇਨਸ਼ਾਲਾ ਈਦ ਵਾਲੇ ਦਿਹਾੜੇ ਮਾਵਾਂ ਦੇ ਕੋਲ ਹੋਵੇਂ। ਉਹ ਮੁਕੱਦਰ ਵਾਲੀਆਂ ਮਾਵਾਂ ਹੁੰਦੀਆਂ ਜਿਨ੍ਹਾਂ ਦੇ ਕੋਲ ਈਦ ਵਾਲੇ ਦਿਹਾੜੇ ਪੁੱਤਰ ਹੁੰਦੇ ਨੇ। ਦੁਆ ਧੀਆਂ ਦੁਆ ਵੀ ਮਾਂ ਦੀ ਸੁਣ ਲਈ, ਦੁਆ ਤੂੰ ਪਤਾ ਲੱਗ ਗਏ ਨੇ, ਅਸਾਂ ਫਿਰ ਅਮਨ ਨੂੰ ਨਾ ਮਿਲਦੀਆਂ, ਫਿਰ ਆਸਨ ਨਹੀਂ ਮਿਲਦੇ, ਮਾਂ ਦੇ ਸਾਹਮਣੇ ਆ ਗਈਆਂ,
ਦੋਵੇਂ ਸ਼ਹਿਜ਼ਾਦੀਆਂ ਆ ਕੇ ਬਹਿ ਗਈਆਂ ਨੇ। ਵੱਡੀ ਸ਼ਹਿਜ਼ਾਦੀ ਦੇਖਿਆ ਦੀ ਅੰਮਾ ਜੀ ਬੇਟਾ, ਠੱਡਾ ਸਾਹਿਬ ਵਰ ਕਹਿ ਦੀਏ ਮੇਰੀ ਛੋਟੀ ਭੈਣ ਨੂੰ ਤੁਸੀਂ ਅਮਲ ਦੱਸਿਆ, ਅਮਲ ਕਰੇਂਦੀ ਪਈ ਆਈ, ਸਮ ਗਈ ਹੈ, ਮੈਂ ਜਗਾਇਆ, ਮੈਂ ਦੇਖ ਕੇ ਆਦੀਏ ਮੈਂ ਨਾ ਜਗਾਇਓ ਵੀ ਆ। ਮੈਂ ਆਖਿਆ ਕਿਉਂ ਨਾ ਜਗਾਵਾਂ? ਠੱਡਾ ਸਾਹਿਬ ਵਰ ਕਹਿ ਦੀਏ ਮੈਂ ਬਿਰਾਵਾਂ ਨੂੰ ਖਾ ਵਿੱਚ ਵੇਧੀ ਪਈ ਆ ਮੂੰਹ। ਮੈਂ ਪੁੱਛਿਆ, ਮੈਂ ਆਖਿਆ ਜੁਲ ਅੰਮਾ ਕੋਲ ਵਾਈ ਦੱਸੇ ਨਹੀਂ ਆ, ਅੰਮਾ ਤੁਸਾਂ ਪੁੱਛੋ ਨਾ ਇਸ ਕਿਹੜਾ ਖਾਬ ਡਿੱਠਾ ਹੈ ਅਤੇ ਬਿਰਾ ਕਿਵੇਂ ਮਿਲੇ ਸੀ। ਬਸ ਮੈਂ ਬਹਿਣ ਦੇ ਕਰੀਬ ਆ ਗਿਆ, ਮਖਦੂਮਾ ਦੇ ਕਿਹਾ ਦੀ ਮੇਰਾ ਬੱਚੜਾ ਸੁਣਾ ਨਾ ਖਾਬ, ਖਾਬ ਕਿਵੇਂ ਡਿੱਠਾ ਹੀ? ਮਾਂ ਦੇ ਪਾਸ ਦੇ ਕਿਹਾ ਦੀ ਅੰਮਾ ਖਾਬ ਸੁਣਨਾ ਹੀ? ਠੱਡਾ ਸਾਹਿਬ ਵਰ ਕਿਹਾ ਦੀ ਹਾਂ, ਜਿਹੜੇ ਮੁਕਾਣੀ ਬਣ ਕੇ ਆਇਓ। ਠੱਡਾ ਸਾਹਿਬ ਵਰ ਕਿਹਾ ਦੀ ਅੰਮਾ ਖਾਬ ਸੁਣਨਾ ਹੀ ਤਾਂ ਤੂੰ ਮੇਰੇ ਵਾਲ ਖੋਲ, ਮੈਂ ਤੇਰੇ ਵਾਲ ਖੋਲਾਂ, ਤੂੰ ਮੇਰੇ ਸਰ 'ਚ ਮਿੱਟੀ ਪਾ, ਮੈਂ ਤੇਰੇ ਸਰ 'ਚ ਮਿੱਟੀ ਪਹਿਨਾ। ਮੁਲਤਾਨ ਵਾਲਿਆਂ ਉਹ ਜਦੋਂ ਧੀ ਨੇ ਗੱਲ ਕੀਤੀ ਏ, ਧੀ ਨੇ ਮਾਂ ਦੇ ਵਾਲ ਖੋਲਣ, ਮਾਂ ਨੇ ਧੀ ਦੇ ਵਾਲ ਖੋਲਣ, ਧੀ ਨੇ ਮਾਂ ਦੇ ਸਰ 'ਚ ਮਿੱਟੀ ਪਾਈਏ, ਮਾਂ ਨੇ ਧੀ ਦੇ ਸਰ 'ਚ ਮਿੱਟੀ ਪਾਈਏ। ਇੱਕ ਬਹਿ ਦੇ ਗੱਲ 'ਚ ਬਾਈ ਚ ਪਾਈਆਂ ਨੇ, ਅੱਬਾਸ ਦੀ ਭੈਣ ਧੀ ਦਾ ਮੂੰਹ ਚੁਮਕਿਆ ਦੀਏ, ਬੱਚੜਾ ਖਾਬ ਸੁਣਾ। ਮਾਂ ਦੇ ਪਾਸੇ ਡੇਕਿਆ ਦੀ ਅੰਮਾ ਤੁਸਾਂ ਆਖਿਆ ਸੂਰਤ ਯਾਸੀਨ ਪੜ, ਮੈਂ ਸੂਰਤ ਯਾਸੀਨ ਪੜ੍ਹਦੀ ਰਹੀਆਂ। ਅੰਮਾ ਜਦੋਂ ਮੈਂ ਸਤਵੀਂ ਮੁਬੀਨ 'ਤੇ ਗਈਆਂ, ਮੇਰੀ ਅੱਖ ਲੱਗੀ ਏ ਮੈਂ ਡਿੱਠਾ ਕੂਫੇ ਦਾ ਸ਼ਹਿਰ, ਅੰਧਾਰੀ ਕੋਠੀ ਏ, ਜਿਸ ਕੋਠੀ ਦੇ ਵਿੱਚ ਲੱਕੜ ਦਾ ਥੰਬਾ ਲੱਗਾ ਹੋਇਆ ਏ, ਮੇਰੇ ਦੋਵਾਂ ਫਿਰਾਵਾਂ ਦੀਆਂ ਕੰਢਾਂ ਮਿਲੀਆਂ ਹੋਈਆਂ ਨੇ, ਰੱਸੀ ਨਾਲ ਬੱਧੇ ਹੋਏ ਨ ਪੇਰ, ਜ਼ਮੀਨ ਤੂੰ ਚਵੇ ਹੋਏ ਨ, ਮੇਰਾ ਛੋਟਾ ਫਿਰਾ ਵੈਣ ਕਰਕੇ ਆਦਾ ਮਾਮਾ ਗਾਜ਼ੀ ਰੂਹ ਲਗਿਆ, ਤੇਰੀ ਬੇਰੇ ਨੌਕਰ ਦੀਆਂ ਧੀਆਂ ਅਸਾਂ ਯਤੀਮਾਂ। ਮੇਰੇ ਮਾਮ ਦੇ ਕੇ ਫਰਮੈਂਦੇ ਨੇ ਕਿਵੇਂ ਆਈਆਂ ਹੋ, ਮੇਰੇ ਸ਼ਹਿਜ਼ਾਦੀਆਂ ਦੇ ਕੇ ਆਦੀਆਂ ਮਾਮਾ ਸੁਬਾਈ ਦੇ, ਅਸਾਂ ਤੇਰੇ ਨੌਕਰ ਦੀਆਂ ਧੀਆਂ ਤਨ ਈਦ ਮੁਬਾਰਕ ਦੇਵੇਣ ਆਈਆਂ। ਮੇਰੇ ਮਾਮ ਫਰਮੈਂਦੇ ਨੇ ਖੈਰ ਮੁਬਾਰਕ, ਆਖੋ ਤਾਂ ਯਮਨੀ ਦੁਰ ਮੰਗਾ ਦੇਵਾਂ, ਆਖੋ ਤਾਂ ਯਮਨੀ ਚਾਦਰਾਂ ਮੰਗਾ ਦੇਵਾਂ। ਜ਼ਮੀਨ 'ਤੇ ਬਹਿ ਗਈਏ ਹੱਥ ਬੰਨ ਕੇ ਆਦੀਏ, ਚਾਦਰ ਫੇਰ ਨੂੰ ਨਸੀਬ ਹੋਵੀ, ਦੋ ਰਸੀਨੇ ਤੇ ਸਮਣ ਵਾਲੀ ਧੀ ਨੂੰ ਨਸੀਬ ਹੋਣੀ, ਸਾਨੂੰ ਅਸਲੀ ਦੂਰ ਮੰਗਾ ਕੇ ਦੇ, ਅਸਾਂ ਫਿਰਾਵਾਂ ਨੂੰ ਮਿਲਣਾ ਏ। ਮੇਰਾ ਮੌਲਾ ਦੇਖ ਕੇ ਫਰਮੈਂਦੇ ਨੇ ਸਬਰ ਕਰੇ ਸੋ, ਸ਼ਹਿਜ਼ਾਦੀਆਂ ਦੇਖ ਕੇ ਅਧੀਨ ਸਬਰ ਕਰ ਸਾਂ, ਇੱਕ ਵਹਿਣ ਦਾ ਇਜ਼ਾਫਾ ਕਰ ਛੋੜਾਂ। ਮੇਰਾ ਇਮਾਮ ਜ਼ਮੀਨ 'ਤੇ ਬਹਿ ਗਿਆ ਏ, ਇੱਕ ਧੀ ਨੂੰ ਸੱਜੇ ਦਾਨੂੰ 'ਤੇ ਬਹਾਇਆ ਏ, ਬਈ ਨੂੰ ਖੱਬੇ ਦਾਨੂੰ 'ਤੇ ਬਹਾਇਆ ਏ। ਭਾਈ ਜਾਨ ਧੀਆਂ ਦੇ ਨਾਲ ਪਿਆਰ ਪਿਆ ਕਰੇਂਦਾ, ਅਚਾਨਕ ਸ਼ਹਿਜ਼ਾਦੀਆਂ ਡਿੱਠਾ ਖੇਮਿਆਂ 'ਚ ਉਸ ਮਾਸੂਮਾਂ ਦੀ ਆਮਦ ਹੋਈਏ, ਜਿਹੜੀ ਹੁਸੈਨ ਦੇ ਸੀਨੇ 'ਤੇ ਸਮਦੀ ਆਈ। ਜਦੋਂ ਸਰਦਾਰ ਦੀ ਧੀ ਨੂੰ ਆਉਂਦਾ ਡਿੱਠਾ ਨੇ, ਮਾਮੇ ਦੀ ਝੋਲੀ ਛੋੜੀ ਨੇ, ਹੱਥ ਬੰਨ ਕੇ ਆਦੀਆਂ ਨੇ, ਮਾਮਾ ਸਾਡੀ ਮਜਬੂਰੀ ਬਣ ਗਈ ਏ। ਹੁਸੈਨ ਫਰਮੈਂਦੇ ਨੇ ਕਿਹੜੀ ਮਜਬੂਰੀ ਗੱਲ ਬਣ ਗਈ ਨੇ, ਹੱਥ ਬੰਨ ਕੇ ਆਦੀਆਂ ਨੇ, ਮਾਮਾ ਆਓ ਆ ਗਈ ਏ ਵਾਰਿਸ, ਤੇਰੀ ਝੋਲੀ ਦੀ ਮੱਤਾਂ ਬਾਜ਼ੂ ਪਕੇੜੇ ਉਠਾਵੇ, ਅਸਾਂ ਦੀਆਂ ਤੇਰੇ ਹੈ ਵੋ ਨੋ ਕਰਦੀਆਂ, ਮਤਾਂ ਫਰਕ ਵਫਾ ਵਿੱਚ ਆਵੇ। ਸ਼ਾਦਾ ਦੀ ਕਰੀਬ ਆਈਏ, ਦੂਆਂ ਸ਼ਾਦਾਦੀਆਂ ਦੇ ਪਾਸੇ ਦੇ ਕਹਿ ਦੀਏ, ਮੇਰੇ ਬਾਬੀ ਦੀ ਝੋਲੀ ਕਿਉਂ ਛੋੜੀ ਨੇ? ਹੱਥ ਬੰਨ ਕੇ ਆਦੀਏ, ਤੂੰ ਇਸ ਝੋਲੀ ਦੀ ਮਾਲਕ ਏ, ਤੇਰਾ ਬਾਬਾ। ਦੂਆਂ ਦੇ ਸਰ ਚੁੰਮ ਕੇ ਆਦੀਏ, ਜੀਂਦਾ ਤੈਂ ਮੇਰੇ ਬਾਬੀ ਦੀ ਝੋਲੀ ਚ ਬਹੋ, ਮੈਂ ਵੇਦੀਆਂ ਮੇਰਾ ਬਾਬਾ ਯਤੀਮਾਂ ਨਾਲ ਕਿਵੇਂ ਪਿਆ ਕਰੇ, ਮਤਾਂ ਮੈਂ ਯਤੀਮ ਤੇ ਮੇਰੇ ਨਾਲ ਹੀ। ਵਾਹ 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 ਵਾਹ, ਵਸਦੇ ਰਹੋ। ਸਾਰੇ ਜੁਮਲੇ ਛੋੜ ਦਿੱਤੇ ਨੇ, ਮੈਡੇ ਮਾਮ ਦੇਖ ਕੇ ਫਰਮੈਂਦੇ ਨੇ, ਮੇਰੀਆਂ ਧੀਆਂ ਸਬਰ ਕਰੇ ਸੋ ਤੁਨ ਫਿਰ ਆ ਮਿਲਾਵਾਂ। ਹੱਥ ਬੰਨ ਕਹਿ ਦੀਆਂ, ਮਾਮਾ ਫਿਰ ਆ ਮਿਲਾ, ਸਬਰ ਕਰ ਸਾਏ। ਮੇਰੇ ਮਾਮ ਨੇ ਹੱਥ ਬੁਲੰਦ ਕੀਤਾ ਹੈ, ਦੋ ਅੰਗਲੀਆਂ ਦਰਾਜ ਕਰਕੇ ਫਰਮੈਂਦੇ ਨੇ, ਮੇਰੇ ਅੰਗਲੀਆਂ ਦੇ ਦਰਮਿਆਨ ਵੇਖੋ, ਦੂਆਂ ਸ਼ਹਿਜ਼ਾਦਿਆਂ ਡਿੱਠਾ ਏ, ਵਾਂਦੇ ਦਰਿਆ ਦੀ ਕੱਦੀ ਆਈ, ਦੋਵੇਂ ਫਿਰਾ ਜ਼ਮੀਨ ਤੇ ਬਹਿ ਕੇ ਤਯੰਮਮ ਪਏ ਕਰੇਂਦੇ ਆਏ। ਜਿਹੜੇ ਮਾਂ ਚੋਲੇ ਪਵਾ ਕੇ ਟੋਰੇ ਆਏ, ਨੂਆ ਚੋਲੇ ਪਾਏ ਹੋਏ ਨੇ, ਸਰ ਦੇ ਵਿੱਚ ਮਿੱਟੀ ਨੇ। ਦੋਵੇਂ ਸ਼ਹਿਜ਼ਾਦੀਆਂ ਡੇਕ ਕੇ ਆਦੀਆਂ ਨੇ, ਮਾਮਾ ਇਹ ਮਿੱਟੀ ਨੂੰ ਕਿਆ ਕਰੇ ਸਨ?
ਮੇਰੇ ਮਾਮ ਦੇ ਕੇ ਫਰਮੈਂਦੇ ਨੇ ਜਿੱਦਾਂ ਮੁਸ਼ਕਿਲ ਬਣ ਵਣੇ ਮਿੱਟੀ ਸੋਨੇ ਨਾਲੋਂ ਮਾਗੀ ਹੁੰਦੀ ਏ ਤੁਹਾਡੇ ਫਿਰਾ ਇਸ ਮਿੱਟੀ ਦੇ ਨਾਲ ਤਯੰਮਮ ਕਰੇ ਸਿਮ ਸ਼ਹਿਜ਼ਾਦੀਆਂ ਡੇਕਿਆ ਦੀ ਦਰਿਆ ਜੋ ਵਾਂਦਾ ਪੀ ਆਏ ਮੇਰੇ ਮਾਮ ਡੇਕਿਆ ਦੇ ਦਰਿਆ ਤੇ ਵੁਜ਼ੂ ਜ਼ਾਲਮ ਨਹੀਂ ਕਰਨ ਦਿੰਦਾ ਮਾਮੇ ਦੇ ਕਲਮਾ ਤੇ ਅਤਰਾ ਕਿਆ ਦੀਆਂ ਮਾਮਾ ਹੱਥੇ ਥਾਈ ਰੱਖੇ ਅਸਾਂ ਮਾਂ ਨੂੰ ਛੱਡੀ ਆਵਾਂ ਸਾਡੀ ਮਾਂ ਸਾਰੀ ਰਾਤ ਪੁੱਤਰਾਂ ਦੇ ਨਾਂ ਚਾਹ ਕੇ ਰੋਂਦੀ ਏ ਦੋਵੇਂ ਸ਼ਹਿਜ਼ਾਦੀਆਂ ਆਈਆਂ ਜਿੱਥੇ ਮਾਂ ਬੈਠੀਆਂ ਨੇ ਅੰਮਾ ਦੇ ਪਾਸੇ ਡੇਕਿਆ ਦੀਆਂ ਅੰਮਾ ਜਲਦੀ ਆ ਸਾਡਾ ਮਾਮਾ ਤੈਨੂੰ ਪੁੱਤਰ ਮਿਲੈਂਦਾ ਏ ਮੇਰੀ ਮਖਦੂਮਾ ਜਲਦੀ ਦੇ ਨਾਲ ਉੱਠੀਏ ਦੋਵਾਂ ਧੀਆਂ ਸਾਰਾ ਦਿੱਤਾ ਏ ਦੋਵੇਂ ਧੀਆਂ ਲੈ ਕੇ ਤੁਰ ਪਈਆਂ ਉੱਥੇ ਆਈਆਂ ਜਿੱਥੇ ਕਰੀਮ ਹੁਸੈਨ ਬੈਠੇ ਆਏ ਹੁਣ ਬੱਚੇ ਛਵੀਆਂ ਲਿਆ ਸਨ ਮੈਂ ਥਾਈ ਵਹਿਣ ਕਰਕੇ ਮਿੰਬਰ ਛੋੜਦੇ ਸਾਂ ਦੋਵੇਂ ਸ਼ਹਿਜ਼ਾਦੀਆਂ ਮਾਂ ਨੂੰ ਸਾਰਾ ਦੇ ਕੇ ਲੈ ਕੇ ਆਈਆਂ ਉੱਥੇ ਆਈਏ ਜਿੱਥੇ ਹੁਸੈਨ ਬਾਦਸ਼ਾਹ ਬੈਠੇ ਆਏ ਇੰਜ ਆ ਕੇ ਬੈਠੀਏ ਜਿਵੇਂ ਨਮਾ ਦੀ ਤਸ਼ਦ ਚ ਬੰਦ ਏ ਹੱਥ ਬੰਨ ਕੇ ਆਦੀਏ ਸਰਦਾਰ ਮੇਰੀਆਂ ਧੀਆਂ ਨੂੰ ਫਿਰਾ ਮਿਲਾ ਨੀ ਮੈਨੂੰ ਪੁੱਤਰ ਮਿਲਾ ਮੈਂ ਵੇਦਾਂ ਕਿਹੜਾ ਬੰਦਾ ਨਹੀਂ ਰੋਂਦਾ ਮੇਰੇ ਮਾਮ ਦੇ ਕੇ ਫਰਮੈਂਦੇ ਰੁਕਈਆ ਭੇਣ ਸਬਰ ਕਰੇ ਸੇ ਠੱਡਾ ਸਾਬਰ ਕਹਿ ਦੀਏ ਸਬਰ ਕਰੇ ਸਾਂ ਮੈਂ ਆਖਰੀ ਜੁਮਲਾ ਪਿਆ ਪੜਦਾ ਮੇਰੇ ਮਾਮ ਨੇ ਨਾ ਕੇ ਮਾਮਤ ਲਾਈਏ ਫਰਮੈਂਦੇ ਰੁਕਈਆ ਮੇਰੇ ਅੰਗਲੀਆਂ ਦੇ ਦਰਮਿਆਨ ਵੇਖ ਜਦਾਂ ਬਾਸ ਦੀ ਭੇਣ ਡਿੱਠਾ ਏ ਛੋਟਾ ਸੁੱਤਾ ਪਿਆ ਏ ਵੱਡਾ ਨਮਾਜ਼ ਪਿਆ ਪੜਦਾ ਏ ਮੇਰੀ ਹੁਸੈਨ ਦੇ ਕਹਿ ਦੀਏ ਕਿਆ ਪਿਆ ਕਰੇਂਦਾ ਏ ਹੁਸੈਨ ਫਰਮੈਂਦੇ ਛੋਟੇ ਦਾ ਵੱਡਾ ਜਾਨਾ ਦਾ ਪਿਆ ਪੜਦਾ ਏ ਪਰਦੇਸ ਦਾ ਮਾਮਲਾ ਦੁਸ਼ਮਣ ਜ਼ਮਾਨੇ ਇਹ ਕਮੀ ਨਾ ਵੁਜ਼ੂ ਕਰਨ ਦਿੰਦਾ ਏ ਨਾ ਨਮਾਜ਼ ਪੜਨ ਦਿੰਦਾ ਏ ਜਨਾਜ਼ੇ ਲੈ ਆਓ ਜਨਾਜ਼ੇ ਤੂੰ ਫਾਰਿਗ ਹੋਏ ਇਹ ਕਮੀ ਨੇ ਸ਼ਹਿਜ਼ਾਦੇ ਦੇ ਸਰ ਤੇ ਆ ਜਾਏ ਮੈਂ ਇੱਕ ਦੇ ਕਵੈਣ ਕਰਨਾ ਏ ਇਹ ਕਮੀ ਨਾ ਦੇ ਕਹਿੰਦਾ ਚੋਲਾ ਲਹਾ ਜਦਾਂ ਚੋਲਾ ਲਾਹਵਣ ਦਾ ਨਾਮ ਆਇਆ ਏ ਛੋਟਾ ਸ਼ਹਿਜ਼ਾਦਾ ਵੱਡੇ ਫਿਰਾ ਦੇ ਪਾਸੇ ਡੇਦਾ ਏ ਵੱਡੇ ਫਿਰਾ ਦੇ ਪਾਸੇ ਡੇ ਕੇ ਦੇ ਮੈਂ ਨਹੀਂ ਲਹਾ ਸਕਦਾ ਵੱਡਾ ਹੀ ਦੇ ਪਾਸੇ ਡੇ ਕੇ ਦੇ ਜੇ ਰਾਧਾਈ ਤਾਂ ਹੈ ਬੋਲਾ ਚਾ ਚੋਲਾ ਇਵੇਂ ਮਨ ਜਾਨਾ حضرات مومنین تشریف رکھیں ذاکر آل محمد